ਇਹ ਸਾਡੇ ਬਠਿੰਡਾ ਡੱਬ ਵਾਲੀ NH 54 ਜੋ ਸੜਕ ਦਾ ਸੁੰਦਰੀਕਰਨ ਦੇ ਨਾਲ ਚੌੜਿਆ ਹੋ ਰਿਹਾ, ਜਿੱਥੇ ਕਿ ਪ੍ਰਤੀ ਦਿਨ 2 ਤੋਂ 4 ਬੰਦਿਆਂ ਦੀ ਐਕਸੀਡੈਂਟ ਨਾਲ ਮੌਤ ਹੋ ਰਹੀ ਹੈ। ਔਰ ਪੰਜਾਬ ਸਰਕਾਰ ਦੇ ਢਿੱਲ ਮੱਠ ਰਵੱਈਏ ਕਾਰਨ ਹੁਣ ਤੱਕ 300 ਤੋਂ 400 ਦੇ ਕਰੀਬ ਮੌਤ ਹੋ ਚੁੱਕੀ ਹੈ। ਇਹ ਪੰਜਾਬ ਸਰਕਾਰ ਦੀ ਅਣਗਹਿਲੀ ਸੀ ਔਰ ਹੁਣ ਉਸ ਤੋਂ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਇੱਥੇ ਕਿ ਅੱਜ ਤੋਂ 5 ਸਾਲ ਪਹਿਲਾਂ ਬਠਿੰਡਾ ਅੰਮ੍ਰਿਤਸਰ ਜੋ ਸੜਕ ਚੌੜੀ ਹੋਈ ਸੀ ਉੱਥੇ ਸਾਨੂੰ 27,000 ਰੁਪਇਆ ਪ੍ਰਤੀ ਗਜ਼ ਕਿਸਾਨਾਂ ਨੂੰ ਦਿੱਤਾ ਗਿਆ ਸੀ। ਬਲਾਡਾ ਤੋਂ ਜਾਖਲ ਸੜਕ ਚੌੜੀ ਹੋਈ ਹੈ ਉੱਥੇ 10,000 ਰੁਪਇਆ ਪ੍ਰਤੀ ਗਜ਼ ਕਿਸਾਨਾਂ ਨੂੰ ਦਿੱਤਾ ਗਿਆ, ਲੇਕਿਨ ਬਠਿੰਡਾ ਦੇ ਵਿਖੇ ਰਾਜਨੀਤੀ ਸ਼ਡੰਤਰ ਦੇ ਤਹਿਤ ਇਹ ਸੜਕ ਦੇ ਉੱਤੇ ਸਾਨੂੰ ਵਾਜਬ ਰੇਟ ਨਹੀਂ ਮਿਲ ਰਿਹਾ। ਅਸੀਂ ਇਹ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਾਨੂੰ ਜੋ ਅਸਲੀ ਕੀਮਤ ਹੈ ਉਸ ਮੁਤਾਬਕ ਰੇਟ ਦਿੱਤਾ ਜਾਵੇ। ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਕਿਸਾਨਾਂ ਨਾਲ ਧੱਕਾ ਕਰ ਰਿਹਾ, ਵਪਾਰੀਆਂ ਨਾਲ ਧੱਕਾ ਕਰ ਰਿਹਾ, ਔਰ ਪੰਜਾਬ ਸਰਕਾਰ ਵੀ ਅਣਗਹਿਲੀ ਕਾਰਨ ਔਰ ਰਾਜਨੀਤੀ ਕਾਰਨ ਸਾਨੂੰ ਸਹੀ ਮੁੱਲ ਨਹੀਂ ਮਿਲ ਰਿਹਾ। ਅਗਰ ਸਾਨੂੰ ਸਹੀ ਮੁੱਲ ਨਾ ਮਿਲਿਆ ਤਾਂ ਅਸੀਂ ਇਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਵਾਂਗੇ, ਚਾਹੇ ਸਾਨੂੰ ਕੋਈ ਬਲੀਦਾਨ ਦੇਣਾ ਪਵੇ। ਔਰ ਇਸ ਦੇ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇੱਥੋਂ ਦਾ ਪ੍ਰਸ਼ਾਸਨ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ, ਉਹਦੀ ਇਨਕੁਆਇਰੀ ਕਰਕੇ ਉਹਦਾ ਸਾਨੂੰ ਵਾਜਬ ਰੇਟ ਮਿਲਣਾ ਚਾਹੀਦਾ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।